ਇੱਕ ਤੇਜ਼ ਰਫ਼ਤਾਰ ਸਕੋਡਾ ਕਾਰ ਦਾ ਕਹਿਰ ਦੇਖਣ ਨੂੰ ਮਿਲਿਆ, ਜਿਸ ਨੇ ਕਿ 5 ਲੋਕਾਂ ਨੂੰ ਸੜਕ ਦੇ ਕਿਨਾਰੇ ਤੇ ਦਰੜ ਦਿੱਤਾ ਹੈ। ਤੇ ਰੇੜੀ ਜੋ ਲਗਾਉਂਦੇ ਨੇ, ਫੜੀ ਲਗਾਉਂਦੇ ਨੇ ਸੜਕ ਦੇ ਕਿਨਾਰੇ, ਉਹਨਾਂ ਦੇ ਵੀ ਕਈ ਗੰਭੀਰ ਸੱਟਾਂ ਲੱਗੀਆਂ ਨੇ। ਤਾਂ ਦੱਸ ਦਈਏ ਕਿ ਇੱਕ ਨਾਬਾਲਿਗ ਬੱਚਾ ਇਸ ਕਾਰ ਨੂੰ ਚਲਾ ਰਿਹਾ ਸੀ ਤੇ ਰੋਡ ਦੇ ਉੱਤੇ ਜਦੋਂ ਇਹ ਬੇਕਾਬੂ ਹੋ ਜਾਂਦੀ ਹੈ ਤਾਂ ਸੜਕ ਦੇ ਕਿਨਾਰੇ ਤੇ ਕੁਝ ਲੋਕ ਸਬਜ਼ੀ ਖਰੀਦ ਰਹੇ ਹੁੰਦੇ ਨੇ ਤੇ ਉਹਨਾਂ ਨੂੰ ਇਹ ਟੱਕਰ ਮਾਰ ਦਿੰਦੀ ਹੈ। ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਕਿ ਇਹ ਬੱਚਾ ਇੱਕ ਗੈਰਾਜ ਦੇ ਵਿੱਚ ਕੰਮ ਕਰਦਾ ਹੈ ਤੇ ਜਦੋਂ ਗੈਰਾਜ ਦੇ ਮਾਲਕ ਨੇ ਇਸ ਨੂੰ ਕਿਹਾ ਕਿ ਗੱਡੀ ਨੂੰ ਸਾਈਡ ਦੇ ਵਿੱਚ ਪਾਰਕਿੰਗ ਤੇ ਲਾ ਦੇਵੇ, ਚਾਬੀ ਦਿੱਤੀ ਸਕੋਡਾ ਗੱਡੀ ਦੀ, ਤਾਂ ਇਸ ਬੱਚੇ ਦੇ ਮਨ 'ਚ ਆਇਆ ਕਿ ਕਿਉਂ ਨਾ ਗੇੜੀ ਲਾਈ ਜਾਵੇ। ਜਿਸ ਤੋਂ ਬਾਅਦ ਇਹ ਗੇੜੀ ਲਾਉਣ ਦੇ ਲਈ ਸੜਕ ਦੇ ਉੱਤੇ ਗੱਡੀ ਨੂੰ ਚੱਕ ਕੇ ਲਿਆਉਂਦਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਬੇਕਾਬੂ ਹੋ ਜਾਂਦੀ ਹੈ। ਇਹ ਬੱਚਾ ਬ੍ਰੇਕ ਦੀ ਜਗ੍ਹਾ ਤੇ ਕਿਹਾ ਜਾ ਰਿਹਾ ਕਿ ਰੇਸ ਦੇ ਉੱਤੇ ਅਚਾਨਕ ਹੀ ਪੈਰ ਰੱਖ ਦਿੰਦਾ, ਜਿਸ ਤੋਂ ਬਾਅਦ ਗੱਡੀ ਬੁਰੇ ਤਰੀਕੇ ਨਾਲ ਬੇਕਾਬੂ ਹੋ ਜਾਂਦੀ ਹੈ, ਕੰਟਰੋਲ ਤੋਂ ਬਾਹਰ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਇਹ ਸੜਕ ਦੇ ਕਿਨਾਰੇ ਖੜੇ ਲੋਕਾਂ ਨੂੰ ਟੱਕਰ ਮਾਰ ਦਿੰਦੀ ਹੈ। ਤਾਂ 5 ਲੋਕ ਇਸ ਹਾਦਸੇ ਦੇ ਵਿੱਚ ਜ਼ਖਮੀ ਹੋਏ ਦੱਸੇ ਜਾ ਰਹੇ ਨੇ। ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਅਤੇ ਬੱਚੇ ਨੂੰ ਹਿਰਾਸਤ ਦੇ ਵਿੱਚ ਲੈ ਲਿਆ। ਤਾਂ ਦੱਸ ਦਈਏ ਕਿ ਨਾਬਾਲਿਗ ਇਹ ਬੱਚਾ ਦੱਸਿਆ ਜਾ ਰਿਹਾ, ਜਿਸਨੇ ਕਿ ਸਕੋਡਾ ਕਾਰ ਦੇ ਨਾਲ 5 ਲੋਕਾਂ ਨੂੰ ਦਰੜ ਦਿੱਤਾ। ਗੈਰਾਜ ਦੇ ਵਿੱਚ ਇਹ ਬੱਚਾ ਕੰਮ ਕਰਦਾ, ਪਾਰਕਿੰਗ ਤੇ ਜਦੋਂ ਗੱਡੀ ਲਾਉਣ ਲਈ ਗਿਆ ਤਾਂ ਅਚਾਨਕ ਹੀ ਇਸਦਾ ਮਨ ਗੇੜੀ ਲਾਉਣ ਦੇ ਲਈ ਕਰਦਾ, ਪਰ ਰਸਤੇ ਦੇ ਵਿੱਚ ਇਹ ਭਿਆਨਕ ਹਾਦਸਾ ਵਾਪਰ ਜਾਂਦਾ ਹੈ। ਤਾਂ ਦੱਸ ਦਈਏ ਕਿ ਨਾਗਪੁਰ ਤੋਂ ਇਹ CCTV ਤਸਵੀਰਾਂ ਸਾਹਮਣੇ ਆਈਆਂ ਨੇ, ਜਿੱਥੇ ਕਿ ਇੱਕ ਤੇਜ਼ ਰਫ਼ਤਾਰ ਸਕੋਡਾ ਕਾਰ ਨੇ ਸੜਕ ਕਿਨਾਰੇ ਖੜ੍ਹੇ 5 ਲੋਕਾਂ ਨੂੰ ਦਰੜ ਦਿੱਤਾ, ਜਿਨ੍ਹਾਂ ਦੇ ਗੰਭੀਰ ਸੱਟਾਂ ਲੱਗੀਆਂ ਨੇ। ਇੱਕ ਤੇਜ਼ ਰਫ਼ਤਾਰ ਸਕੋਡਾ ਕਾਰ ਦਾ ਕਹਿਰ ਦੇਖਣ ਨੂੰ ਮਿਲਿਆ, ਜਿਸਨੇ ਕਿ 5 ਲੋਕਾਂ ਨੂੰ ਸੜਕ ਦੇ ਕਿਨਾਰੇ ਤੇ ਦਰੜ ਦਿੱਤਾ। ਤੇ ਰੇੜੀ ਜੋ ਲਗਾਉਂਦੇ ਨੇ, ਫੜੀ ਲਗਾਉਂਦੇ ਨੇ ਸੜਕ ਦੇ ਕਿਨਾਰੇ, ਉਹਨਾਂ ਦੇ ਵੀ ਕਈ ਗੰਭੀਰ ਸੱਟਾਂ ਲੱਗੀਆਂ ਨੇ। ਤਾਂ ਦੱਸ ਦਈਏ ਕਿ ਇੱਕ ਨਾਬਾਲਿਗ ਬੱਚਾ ਇਸ ਕਾਰ ਨੂੰ ਚਲਾ ਰਿਹਾ ਸੀ ਤੇ ਰੋਡ ਦੇ ਉੱਤੇ ਜਦੋਂ ਇਹ ਬੇਕਾਬੂ ਹੋ ਜਾਂਦੀ ਹੈ ਤਾਂ ਸੜਕ ਦੇ ਕਿਨਾਰੇ ਤੇ ਕੁਝ ਲੋਕ ਸਬਜ਼ੀ ਖਰੀਦ ਰਹੇ ਹੁੰਦੇ ਨੇ ਤੇ ਉਹਨਾਂ ਨੂੰ ਇਹ ਟੱਕਰ ਮਾਰ ਦਿੰਦੀ ਹੈ। ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਕਿ ਇਹ ਬੱਚਾ ਇੱਕ ਗੈਰਾਜ ਦੇ ਵਿੱਚ ਕੰਮ ਕਰਦਾ ਹੈ ਤੇ ਜਦੋਂ ਗੈਰਾਜ ਦੇ ਮਾਲਕ ਨੇ ਇਸ ਨੂੰ ਕਿਹਾ ਕਿ ਗੱਡੀ ਨੂੰ ਸਾਈਡ ਦੇ ਵਿੱਚ ਪਾਰਕਿੰਗ ਤੇ ਲਾ ਦੇਵੇ, ਚਾਬੀ ਦਿੱਤੀ ਸਕੋਡਾ ਗੱਡੀ ਦੀ, ਤਾਂ ਇਸ ਬੱਚੇ ਦੇ ਮਨ 'ਚ ਆਇਆ ਕਿ ਕਿਉਂ ਨਾ ਗੇੜੀ ਲਾਈ ਜਾਵੇ। ਜਿਸ ਤੋਂ ਬਾਅਦ ਇਹ ਗੇੜੀ ਲਾਉਣ ਦੇ ਲਈ ਸੜਕ ਦੇ ਉੱਤੇ ਗੱਡੀ ਨੂੰ ਚੱਕ ਕੇ ਲਿਆਉਂਦਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਬੇਕਾਬੂ ਹੋ ਜਾਂਦੀ ਹੈ। ਇਹ ਬੱਚਾ ਬ੍ਰੇਕ ਦੀ ਜਗ੍ਹਾ ਤੇ ਕਿਹਾ ਜਾ ਰਿਹਾ ਕਿ ਰੇਸ ਦੇ ਉੱਤੇ ਅਚਾਨਕ ਹੀ ਪੈਰ ਰੱਖ ਦਿੰਦਾ, ਜਿਸ ਤੋਂ ਬਾਅਦ ਗੱਡੀ ਬੁਰੇ ਤਰੀਕੇ ਨਾਲ ਬੇਕਾਬੂ ਹੋ ਜਾਂਦੀ ਹੈ, ਕੰਟਰੋਲ ਤੋਂ ਬਾਹਰ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਇਹ ਸੜਕ ਦੇ ਕਿਨਾਰੇ ਖੜ੍ਹੇ ਲੋਕਾਂ ਨੂੰ ਟੱਕਰ ਮਾਰ ਦਿੰਦੀ ਹੈ। ਤਾਂ 5 ਲੋਕ ਇਸ ਹਾਦਸੇ ਦੇ ਵਿੱਚ ਜ਼ਖਮੀ ਹੋਏ ਦੱਸੇ ਜਾ ਰਹੇ ਨੇ। ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਅਤੇ ਬੱਚੇ ਨੂੰ ਹਿਰਾਸਤ ਦੇ ਵਿੱਚ ਲੈ ਲਿਆ। ਤਾਂ ਦੱਸ ਦਈਏ ਕਿ ਨਾਬਾਲਿਗ ਇਹ ਬੱਚਾ ਦੱਸਿਆ ਜਾ ਰਿਹਾ, ਜਿਸਨੇ ਕਿ ਸਕੋਡਾ ਕਾਰ ਦੇ ਨਾਲ 5 ਲੋਕਾਂ ਨੂੰ ਦਰੜ ਦਿੱਤਾ। ਗੈਰਾਜ ਦੇ ਵਿੱਚ ਇਹ ਬੱਚਾ ਕੰਮ ਕਰਦਾ, ਪਾਰਕਿੰਗ ਤੇ ਜਦੋਂ ਗੱਡੀ ਲਾਉਣ ਲਈ ਗਿਆ ਤਾਂ ਅਚਾਨਕ ਹੀ ਇਸਦਾ ਮਨ ਗੇੜੀ ਲਾਉਣ ਦੇ ਲਈ ਕਰਦਾ, ਪਰ ਰਸਤੇ ਦੇ ਵਿੱਚ ਇਹ ਭਿਆਨਕ ਹਾਦਸਾ ਵਾਪਰ ਜਾਂਦਾ ਹੈ। ਤਾਂ ਦੱਸ ਦਈਏ ਕਿ ਨਾਗਪੁਰ ਤੋਂ ਇਹ CCTV ਤਸਵੀਰਾਂ ਸਾਹਮਣੇ ਆਈਆਂ ਨੇ, ਜਿੱਥੇ ਕਿ ਇੱਕ ਤੇਜ਼ ਰਫ਼ਤਾਰ ਸਕੋਡਾ ਕਾਰ ਨੇ ਸੜਕ ਕਿਨਾਰੇ ਖੜ੍ਹੇ 5 ਲੋਕਾਂ ਨੂੰ ਦਰੜ ਦਿੱਤਾ, ਜਿਨ੍ਹਾਂ ਦੇ ਗੰਭੀਰ ਸੱਟਾਂ ਲੱਗੀਆਂ ਨੇ।